ਦੋਸਤੋ ਅੱਜ ਜਿਹੜੇ ਕਪਲਿਆਂ ਦੀ ਲਗਾਤਾਰ ਲੋਕਾਂ ਦੇ ਨਾਲ ਫਰਾਡ ਹੋ ਰਹੇ ਨੇ ਕਪਲੇ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਹੋਰ ਵੱਡੇ ਕਪਲੇ ਦੀ ਤੁਹਾਡੇ ਨਾਲ ਸਾਹ ਚ ਪਾਉਣ ਲੱਗਿਆ ਪਿਛਲੇ ਦਿਨੀ ਬੜੀ ਹਮ ਹਵਾ ਕੇ ਇਹਨਾਂ ਨੇ ਆ ਜਿਹੜੇ ਐਮਐਲਏ ਤੇ ਜ ਐਮਐਲਏ ਦੇ ਹੋਰ ਦੇ ਪੰਜਾਬ ਸਰਕਾਰ ਦੇ ਜਿੰਨੇ ਵੀ ਐਮਐਲਏ ਸੀ ਜਾਂ ਹਲਕਾਂ ਚਾਰਜ ਸੀ ਉਹਨਾਂ ਨੇ ਬੜੇ ਚੱਕ ਵੰਡੇ ਕਿਸੇ ਨੂੰ 5000 ਦਾ ਕਿਸੇ ਨੂੰ 12000 ਦਾ ਕਿਸੇ ਨੂੰ 10000 ਦਾ ਕਿਸੇ ਨੂੰ 35000 ਦਾ ਕਿਉਂਕਿ ਮੈਕਸਿਮਮ 35000 ਹੀ ਦੇ ਸਕਦੇ ਸੀ ਪੰਜਾਬ ਸਰਕਾਰ ਨੇ ਲੋਕ ਨਿਰਮਾਨ ਹੈੱਡ ਬਣਾ ਕੇ ਪੰਜਾਬ ਨਿਰਮਾਨ ਹੈੱਡ ਬਣਾ ਕੇ ਨਾ ਇੱਕ ਇਹਦੇ ਵਿੱਚ 15-15 ਕਰੋੜ ਰੁਪਇਆ ਐਮਐਲਏ ਨੂੰ ਦਿੱਤਾ ਵੀ ਵੰਡੋ ਮੋਟਾ ਖਰੀਦੋ ਪਰ ਉਹਦੇ ਵਿੱਚ ਕੁਝ ਸ਼ਰਤਾਂ ਸੀ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਸ਼ਰਤਾਂ ਤਾਂ ਇਹਨਾਂ ਨੇ ਅਣਦੇਖੀ ਕਰਕੇ ਆਫਸਰ ਮਿਲੀ ਭੁਗਤ ਦੇ ਨਾਲ ਆਫਸਰਾਂ ਦੀ ਮਿਲੀ ਭੁਗਤ ਦੇ ਨਾਲ ਸ਼ਰਤਾਂ ਨੂੰ ਅਣਦੇਖੀ ਕਰਕੇ ਲੋਕਾਂ ਨੂੰ ਚੈੱਕ ਦੇ ਦਿੰਦੇ تھے۔ 35000 ਦਾ 33000 ਦਾ 32000 ਦਾ ਹੈ ਤਾਂ ਸੀਗੇ ਐਸਸੀ ਬੀਸੀ ਤੇ ਆਰਥਿਕ ਕਮਜ਼ੋਰ ਵਿਅਕਤੀਆਂ ਵਾਸਤੇ ਜਿਨ੍ਹਾਂ ਦੇ ਘਰ ਕੱਚੇ ਨੇ ਘਰ ਚੋਂਦੇ ਨੇ ਉਹਨਾਂ ਵਾਸਤੇ ਪਰ ਇਹਨਾਂ ਨੇ ਹਰ ਇੱਕ ਨੂੰ ਦੇਤੇ ਆਪਣੇ ਜਿਹੜੇ ਚਿਹਤੇ ਸੀ ਕੁਝ ਆਪਣੇ ਰਿਸ਼ਤੇਦਾਰ ਕੁਝ ਆਪਣੇ ਚਿਹਤੇ ਕੁਝ ਵੋਟਰ ਕੁਝ ਸਪੋਰਟਰਾਂ ਨੂੰ ਦੇਤੇ ਇਹ ਵੀ ਦੇਖਣ ਤੇ ਸੁਣ ਵਿੱਚ ਆਇਆ ਵੀ ਕੁਝ ਚੱਕ ਕੇ ਇਹਨਾਂ ਨੇ ਐਸੇ ਬੰਦਿਆਂ ਨਾਲ ਪਹਿਲਾਂ ਕਮਿਟਮੈਂਟ ਕਰਕੇ ਦਿੱਤੇ ਕਿ ਤੁਸੀਂ ਚੈੱਕ ਲੈ ਲਓ ਬਾਅਦ ਵਿੱਚ ਅਸੀਂ ਕਢਾ ਕੇ ਪੈਸੇ ਵਾਪਸ ਲੈ ਲਾਂਗੇ। ਕਈਆਂ ਤੋਂ ਵਾਪਸ ਲੈ ਲਏ, ਕਈਆਂ ਤੋਂ ਅੱਧੇ ਵਾਪਸ ਲੈ ਲਏ। ਹੁਣ ਇਲੈਕਸ਼ਨ ਕਮਿਸ਼ਨ ਨੇ ਤੇ ਕੋਰਟ ਜਦੋਂ ਕੋਰਟ ਲੱਗਿਆ ਤੇ ਉਹਦੇ ਨਾਲ ਦੀ ਨਾਲ ਜਿਹੜਾ ਜਿਹੜਾ ਅਕਾਊਂਟ ਸੀ ਫ੍ਰੀਜ਼ ਹੋ ਗਿਆ। ਤੇ ਬਹੁਤ ਸਾਰੇ ਲੋਕਾਂ ਦੇ ਚੈੱਕ ਫੇਲ ਹੋ ਗਏ। ਜਿਨ੍ਹਾਂ ਨੇ ਬਹੁਤ ਸਾਰਿਆਂ ਨੇ ਇਹ ਵੀ ਆ ਵੀ ਚੈੱਕ ਕਢਾਏ ਕਢਾ ਕੇ ਪੈਸੇ ਇਹਨਾਂ ਨੂੰ ਵਾਪਸ ਕਰ ਦਿੱਤੇ ਕੁਝ ਕਾਉਂਸਲਰਾਂ ਨੂੰ ਕੁਝ ਚਿਹਤਿਆਂ ਨੂੰ ਵਾਪਸ ਕਰ ਦਿੱਤੇ ਹੁਣ ਲੱਗੀ ਇਨਕੁਆਰੀ ਸਾਰੇ ਕੇਸ ਦੀ ਇਨਕੁਆਰੀ ਲੱਗੀ ਵੀ ਇਹ ਜਿਹੜਾ ਕੁਝ ਘਪਲਾ ਹੋਇਆ ਇਹ ਘਪਲੇ ਦੀ ਜਾਂਚ ਕੀਤੀ ਜਾਵੇ ਪੈਸੇ ਤਾਂ ਦੇਣੇ ਸੀ ਆਰਥਿਕ ਕਮਜ਼ੋਰਾ ਨੂੰ ਪੈਸੇ ਤਾਂ ਦੇਣੇ ਸੀ ਐਸਸੀ ਭਾਈਚਾਰੇ ਦੇ ਬੰਦਿਆਂ ਨੂੰ ਬੀਸੀ ਭਾਈਚਾਰੇ ਦੇ ਬੰਦਿਆਂ ਨੂੰ ਜਿਨ੍ਹਾਂ ਦੇ ਘਰ ਕੱਚੇ ਨੇ ਪਰ ਇਹਨਾਂ ਨੇ ਆਪਣੇ ਚਿਹਤਿਆਂ ਨੂੰ ਦੇ ਦਿੱਤੇ ਇਹਨਾਂ ਨੇ ਸੁਸਾਇਟੀਆਂ ਨੂੰ ਸੁਝਾਵਾਂ ਸੁਭਾਵਾਂ ਨੂੰ ਦੇਤੇ ਗੁਰਦੁਆਰਿਆਂ ਨੂੰ ਮੰਦਰਾਂ ਨੂੰ ਦੇਤੇ ਵੀ ਤੁਸੀਂ ਉਹਨਾਂ ਦੇ ਕਮੇਟੀਆਂ ਦੇ ਮੈਂਬਰਾਂ ਨੂੰ ਦੇਤੇ ਇਹਦਾ ਹਿਸਾਬ ਦੇਣਾ ਪੈਣਾ ਜਿਹੜੇ ਗੁਰਦੁਆਰੇ ਦੀ ਕਮੇਟੀ ਨੂੰ ਦਿੱਤੇ ਜਾਂ ਮੰਦਰ ਦੀ ਕਮੇਟੀ ਨੂੰ ਦਿੱਤੇ ਜੇ ਉਹਨੇ ਪੈਸੇ ਕਢਾ ਕੇ ਗੁਰਦੁਆਰੇ ਨੂੰ ਦੇਤੇ ਜਾਂ ਮੰਦਰ ਨੂੰ ਦੇਤੇ ਹਿਸਾਬ ਤਾਂ ਉਸ ਬੰਦੇ ਨੂੰ ਇੰਡੀਵਿਜੂਅਲੀ ਦੇਣਾ ਪੈਣਾ ਜੇ ਕਿਸੇ ਨੇ ਕਢਾ ਕੇ ਕਿਸੇ ਨੂੰ ਵਾਪਸ ਕਰ ਦਿੱਤੇ ਤਾਂ ਵੀ ਹਿਸਾਬ ਉਸ ਬੰਦੇ ਨੂੰ ਦੇਣਾ ਜੀਤੇ ਖਾਤੇ 'ਚ ਪੈਸੇ ਗਏ ਨੇ ਅੱਜ ਜਿੰਨੇ ਲੋਕਾਂ ਕੋਲੇ ਵੀ ਪੈਸੇ ਗਏ ਨੇ ਚਾਹੇ 5000 ਚਾਹੇ 10000 ਚਾਹੇ 25000 ਚਾਹੇ 35000 ਹਰ ਇੱਕ ਬੰਦੇ ਦੀ ਇਨਕੁਆਇਰੀ ਹੋਣੀ ਆ ਤੁਸੀਂ ਤਾਂ ਦੇਖੋ ਸਾਡੇ ਜਿਹੜੇ ਵਿਧਾਨ ਸਭਾ ਹਲਕੇ ਦੇ ਪੂਰਬੀ ਦੇ ਇਨੋਸੈਂਟ ਬੰਦੇ ਸੀ ਸੁਧਾਰਨ ਬੰਦੇ ਸੀ ਆਮ ਬੰਦੇ ਸੀ ਜਿਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਸੀ ਜਿਨ੍ਹਾਂ ਨੇ ਕੋਈ ਪੈਸੇ ਮੰਗੇ ਨਹੀਂ ਜਿਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਸੀ ਉਹਨਾਂ ਸਾਰੇ ਬੰਦੇ ਨੂੰ ਪੈਸੇ ਦੇ ਕੇ ਲਾਲਚ ਦੇ ਕੇ ਸਰਨ ਵਿਵਤਾ ਵਿੱਚ ਪਾਤਾ ਸਾਰੇ ਨੂੰ ਇਨਕੁਆਰੀਆਂ ਫੇਸ ਕਰਨ ਵਾਸਤੇ ਲਾਤਾ ਸਾਰੇ ਫਸੇ ਪਿਰਨਗੇ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੈਂ ਮੇਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਇਹਦੇ ਗਵਨ ਦੇ ਕੇਸ ਬਣਦੇ ਆ ਸਰਕਾਰ ਦੇ ਇੱਕ ਰੁਪਏ ਦਾ ਵੀ ਗਵਨ ਹੋਵੇ ਸਰਕਾਰ ਦੀ ਇੱਕ ਸੀਮਿੰਟ ਦੀ ਬੋਰੀ ਦਾ ਵੀ ਗਵਨ ਹੋਵੇ ਸਰਕਾਰ ਦੀ ਇੱਕ ਖਾਲੀ ਬੋਰੀ ਵੀ ਪੂਰੀ ਨਾ ਹੋਵੇ ਤੇ ਉਹਦਾ ਵੀ ਇੱਕ ਇੱਟ ਵੀ ਕੱਢਦੀ ਹੋਵੇ ਉਹਦਾ ਵੀ ਗਵਨ ਕੇਸ ਬਣ ਜਾਂਦਾ ਇਹ ਤਾਂ 35000 ਰੁਪਇਆ 35000 ਦਾ ਹਿਸਾਬ ਕਿਨੇ ਦੇਣਾ ਉਹ ਤੁਸੀਂ ਦੇਣਾ ਜਿਨ੍ਹਾਂ ਦੇ ਨਾਮ ਤੇ ਚੈੱਕ ਆਇਆ ਪੈਸੇ ਕਢਾ ਕੇ ਕੋਈ ਲਗਿਆ ਪੈਸੇ ਕਢਾ ਕੇ ਤੁਸੀਂ ਗੁਰਦਾਰੇ ਮੰਦਰ ਨੂੰ ਦੇਤੇ ਹਸਾਬ ਤੁਸੀਂ ਦੇਣਾ ਜਿਨ੍ਹਾਂ ਦੇ ਨਾਮ ਤੇ ਚੈੱਕ ਆਏ ਨੇ ਫਸ ਗਏ ਨਾ ਇਹਨਾਂ ਐਮਐਲਆ ਨੇ ਤਾਂ ਆਮ ਤੇ ਸਧਾਰਨ ਘਰੇ ਬੈਠੇ ਬੰਦਿਆਂ ਦੇ ਉੱਤੇ ਇੱਕ ਗਾਜ ਘੇਰ ਦਿੱਤੀ ਇਨਕੁਆਰੀਆਂ ਦੇ ਫੇਸ ਕਰਨਗੇ ਵਕੀਲ ਕਰਨਗੇ 35000 ਤਾਂ ਪਤਾ ਨਹੀਂ ਵਿਚਾਰਿਆਂ ਨੇ ਲਿਆ ਜਾਂ ਨਹੀਂ ਲਿਆ ਵਰਤਿਆ ਜਾਂ ਨਹੀਂ ਵਰਤਿਆ ਪਰ ਵਕੀਲ ਨੂੰ 50000 60000 ਲੱਖ 2 ਲੱਖ ਰੁਪਏ ਫੀਸ ਜ਼ਰੂਰ ਦੇਣੀ ਪਊਗੀ ਖੇੜਾ ਛਡਣ ਵਾਸਤੇ ਬਚਨ ਵਾਸਤੇ ਜਾਂ ਜੇ ਨਾਮ ਬੱਸ ਕੇ ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਗਵਰਨਮੈਂਟ ਦਾ ਗਵਨਰਮੈਂਟ ਦਾ ਪੈਸਾ ਸੋ ਆਮ ਬੰਦੇ ਬੈਠੇ ਬੈਠੇ ਵਿਚਾਰੇ ਇਹਨਾਂ ਦੀ ਵਿਵਤਾ ਪਾ ਦਿੰਦੀ ਆਮ ਬੰਦੇ ਨੂੰ ਸਧਾਰਨ ਬੰਦੇ ਨੂੰ ਘਰੇ ਬੈਠੇ ਨੂੰ ਇਹ ਕਿ ਇਹਨਾਂ ਨੇ ਵਿਵਤਾ ਖੜੀ ਕਰ ਦਿੱਤੀ ਸੋ ਇਹ ਇਹ ਬਹੁਤ ਵੱਡਾ ਇਹਨਾਂ ਨੇ ਲੋਕਾਂ ਦੇ ਉੱਤੇ ਜ਼ੁਲਮ ਢਾਇਆ ਬਹੁਤ ਵੱਡਾ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਿਨ੍ਹਾਂ ਦੀ ਕੋਈ ਡਿਮਾਂਡ ਨਹੀਂ ਸੀ ਜਿਨ੍ਹਾਂ ਦੀ ਕੋਈ ਮੰਗ ਨਹੀਂ ਸੀ ਉਹਨਾਂ ਲੋਕਾਂ ਨੂੰ ਵਿਵਤਾ ਚ ਪਾਤਾ ਸੋ ਮੈਂ ਕਹਿੰਦਾ ਵੀ ਇਹ ਇਹਨਾਂ ਦੀ ਬਹੁਤ ਵੱਡੀ ਲੋਕਾਂ ਦੇ ਉੱਤੇ ਇੱਕ ਨਰਦਈ ਪਰੋਣਾ ਵੋਟਾਂ ਲੈਣ ਦੀ ਖਾਤਰ ਚਾਰ ਵੋਟਾਂ ਲੈਣ ਦੀ ਖਾਤਰ ਲੋਕਾਂ ਦੇ ਨਾਲ ਜਿਹੜਾ ਇਹਨਾਂ ਨੇ ਖਲਵਾੜ ਕੀਤਾ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਦੇ ਦੌਰਾਨ ਹੀ ਇਹ ਲੋਕ ਇਹਨਾਂ ਨੂੰ ਸਜ਼ਾ ਦੇਣਗੇ ਸਜ਼ਾ ਬਣਦੀ ਹੈ ਸਜ਼ਾ ਦੇਣੀ ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਤੇ ਇਹ ਲੋਕਾਂ ਨੂੰ ਬਚਾਰਿਆਂ ਨੂੰ ਬਹੁਤ ਵਿਵਤਾ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਕਰਕੇ ਚੈੱਕ ਬਹੁਤ ਫੇਲ ਵੀ ਹੋ ਗਏ ਨੇ। ਆ ਸੰਸਥਾਵਾਂ ਦੇ ਗੁਰਦੁਆਰਿਆਂ ਦੇ ਮੰਦਰਾਂ ਦੇ ਸੁਸਾਇਟੀਆਂ ਨੂੰ ਜਿਹੜੇ ਦਿੱਤੇ ਚੈੱਕ ਉਹ ਫੇਲ ਵੀ ਹੋ ਗਏ ਨੇ। ਇਹ ਡਰਾਮਾ ਸੀ, ਇੱਕ ਡਫਾਂਸ ਸੀ, ਇੱਕ ਲੋਕਾਂ ਨਾਲ ਧੋਖਾ ਸੀ। ਧੋਖਾ ਤੋਂ ਵੋਟਾਂ ਲੈਣ ਦੀ ਖਾਤਰ ਲੋਕਾਂ ਨੂੰ ਭਰਮਾਇਆ ਗਿਆ। ਤੇ ਅੱਜ ਚੈੱਕ ਫੇਲ ਹੋ ਗਏ ਤੇ ਹੁਣ ਇੱਥੇ ਚਲੋ ਇਹ ਹੁਣ ਸਮਝ ਦੱਸੂਗਾ। ਸੋ ਮੇਰੀ ਇੰਨੀ ਤੁਹਾਡੇ ਨਾਲ ਸਾਂਝ ਪਾਉਣ ਦੀ ਗੱਲ ਸੀ ਵੀ ਇਹ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਜਾ ਰਿਹਾ ਹੈ ਰਿਕਵਰੀ ਜਿਹੜੀ ਲਾਈ ਗਈ ਐ ਅਖਬਾਰਾਂ ਦੇ ਵਿੱਚ ਇਹਦੀ ਖਬਰ ਵੀ ਆ ਗਈ ਆ ਵੀ ਇਨਕੁਆਰੀ ਸ਼ੁਰੂ ਹੋ ਗਈ ਆ ਔਰ ਉਹ ਅਫਸਰ ਵੀ ਫਸਣਗੇ ਜਿਨ੍ਹਾਂ ਅਫਸਰਾਂ ਨੇ ਇਹਨਾਂ ਨੂੰ ਤਸਦੀਕ ਕੀਤਾ ਵੈਰੀਫਾਈ ਨਹੀਂ ਕੀਤਾ ਕੋਈ ਚੱਕ ਕਿਸੇ ਰਿਸ਼ਤੇਦਾਰ ਨੂੰ ਦੇਤਾ ਕੋਈ ਚੱਕ ਏਰੀਏ ਤੋਂ ਬਾਹਰ ਹੀ ਦੇਤੇ ਨੇ ਇਸ ਏਰੀਏ ਦੇ ਨਹੀਂ ਕੋਈ ਚੱਕ ਡਬਲ ਦੇਤੇ ਨੇ ਕੋਈ ਇੱਕ ਪਰਿਵਾਰ ਦੇ ਤਿੰਨ ਤਿੰਨ ਚਾਰ ਚਾਰ ਮੈਂਬਰਾਂ ਨੂੰ ਚੱਕ ਦੇਤੇ ਨੇ ਇਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਨੇ ਇਹ ਅਫਸਰ ਵੀ ਫਸਣਗੇ ਤੇ ਆਮ ਲੋਕਾਂ ਨੂੰ ਵੀ ਫਸਣਾ ਸੋ ਇਹ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਸੀ ਤਾਂ ਇਹ ਇਹ ਨਹੀਂ ਕੀ ਗੱਲ ਅਸੀ ਬਹੁਤ ਧੰਨਵਾਦ ਤੁਸੀਂ ਮੇਰੀ ਗੱਲ ਵੱਲ ਧਿਆਨ ਨਾਲ ਸੁਣਿਆ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ